ਇੱਕ ਅੰਨਾੜੀ ਪਰ ਚਲਾਕ ਉਸਤਾਦ ਨੇ ਤੀਰੰਦਾਜ਼ੀ ਸਿਖਾਉਣ ਲਈ ਸੰਸਥਾ ਖੋਲੀ ਉਹ ਆਪਣੀ ਸੰਸਥਾ ਚਲਾਕੀ ਨਾਲ ਹੀ ਚਲਾਈ ਜਾ ਰਿਹਾ ਸੀ ਸਿਖਲਾਈ ਦੌਰਾਨ ਉਹ ਆਪਣਾ ਤੀਰ ਛੱਡਦਾ ਸੀ ਜਿਹੜਾ ਅਕਸਰ ਨਹੀਂ ਲੱਗਦਾ ਸੀ ਮਗਰੋਂ ਛੱਡੇ ਗਏ ਤੀਰ ਬਾਰੇ ਕਹਿੰਦਾ ਸੀ ਇਹ ਤੀਰ ਮੈਂ ਇਸ ਉਦੇਸ਼ ਨਾਲ ਛੱਡਿਆ ਕਿ ਤੁਸੀਂ ਜਾਣੋ ਕਿਵੇਂ ਤੀਰ ਨਹੀਂ ਛੱਡਣਾ ਇਹ ਕਨੜੀ ਬੰਦੇ ਦਾ ਨਿਸ਼ਾਨਾ ਸੀ ਫੇਰ ਛੱਡਦਾ ਸੀ ਨਾ ਲੱਗਣ ਤੇ ਕਹਿੰਦਾ ਸੀ ਇਹ ਇੱਕ ਬੇਧਿਆਨੇ ਬੰਦੇ ਦਾ ਨਿਸ਼ਾਨਾ ਸੀ ਜਦੋਂ ਤੀਜਾ ਵੀ ਨਹੀਂ ਸੀ ਲੱਗਦਾ ਕਹਿੰਦਾ ਸੀ ਇੱਕ ਸੁਸਤ ਬੰਦੇ ਦਾ ਨਿਸ਼ਾਨਾ ਸੀ ਚੌਥਾ ਵੀ ਨਾ ਲੱਗਣ ਤੇ ਕਿਹਾ ਕਰਦਾ ਸੀ ਇੱਕ ਨਲਾਇਕ ਬੰਦੇ ਦਾ ਨਿਸ਼ਾਨਾ ਸੀ ਇਵੇਂ ਉਹ ਹਰ ਵਾਰੀ ਨਿਸ਼ਾਨਾ ਨਾ ਲੱਗਣ ਨੂੰ ਕਿਸੇ ਨਾ ਕਿਸੇ ਘਾਟ ਨਾਲ ਜੋੜ ਦਿੰਦਾ ਸੀ ਜਦੋਂ ਸਵੱਬ ਨਾਲ ਕੋਈ ਤੀਰ ਲੱਗ ਜਾਂਦਾ ਤਾਂ ਕਹਿੰਦਾ ਸੀ ਇਹ ਇੱਕ ਉਸਤਾਦ ਦਾ ਨਿਸ਼ਾਨਾ ਸੀ ਤੁਸੀਂ ਸਾਰਿਆਂ ਨੇ ਇਵੇਂ ਨਿਸ਼ਾਨਾ ਲਾਉਣਾ ਇੱਕ ਵਾਰੀ ਜਦੋਂ ਇੱਕ ਸਿੱਖਿਆਰਥੀ ਨੇ ਉਸਤਾਦ ਵਾਲਾ ਨਿਸ਼ਾਨਾ ਦੁਬਾਰਾ ਲਾਉਣ ਲਈ ਕਿਹਾ ਤਾਂ ਉਸਤਾਦ ਨੇ ਕਿਹਾ ਸ਼ਾਸਤ੍ਰਾਂ 'ਚ ਲਿਖਿਆ ਹੈ ਕਿ ਜਦੋਂ ਸੂਰਜ ਅਸਤ ਹੋ ਰਿਹਾ ਹੋਵੇ ਉਸ ਸਮੇਂ ਤੀਰਤਾ ਉਸ ਸਮੇਂ ਤੀਰ ਦਾ ਨਿਸ਼ਾਨਾ ਦੁਬਾਰਾ ਨਹੀਂ ਲਾਉਣਾ ਚਾਹੀਦਾ ਉਹਦੀ ਯੋਗਤਾ ਤੀਰ ਅੰਦਾਜ਼ੀ ਨਹੀਂ ਸੀ ਚਲਾਕੀ ਸੀ ਚਲਾਕੀ ਦੇ ਪੱਖੋਂ ਕਾਮਯਾਬ ਸੀ ਉਹ ਅਜੋਕੇ ਯੁਗ ਦਾ ਸਫਲ ਉਸਤਾਦ ਸੀ ਧੰਨਵਾਦ